ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਵੱਲੋਂ ਇਨਸਾਨੀਅਤ ਦੀ ਇੱਕ ਮਿਸਾਲ ਪੇਸ਼ ਕੀਤੀ ਗਈ ਹੈ। ਜੀ ਹਾਂ, ਦੱਸ ਦਈਏ ਕਿ ਜਦੋਂ ਵਿਧਾਇਕ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹਾਲਤ ਦੇ ਵਿੱਚ ਪਿਆ ਸੜਕ ਦੇ ਕਿਨਾਰੇ ਤੇ ਤੜਫ ਰਿਹਾ ਸੀ। ਜਦੋਂ ਵਿਧਾਇਕ ਦੀ ਇਸ ਤੇ ਨਜ਼ਰ ਪੈਂਦੀ ਹੈ ਤਾਂ ਮੌਕੇ ਦੇ ਉੱਤੇ ਹੀ ਉਹ ਆਪਣੀ ਗੱਡੀਆਂ ਨੂੰ ਰੁਕਵਾਉਂਦੇ ਨੇ ਤੇ ਜੋ ਪਾਇਲਟ ਜਿਪਸੀ ਆ ਉਸ ਦੇ ਵਿੱਚ ਬਿਠਾ ਕੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ, ਜਿੱਥੇ ਹੁਣ ਡਾਕਟਰਾਂ ਦੇ ਵੱਲੋਂ ਉਸ ਨੌਜਵਾਨ ਦਾ ਇਲਾਜ ਕੀਤਾ ਜਾ ਰਿਹਾ। ਡਾਕਟਰਾਂ ਦਾ ਕਹਿਣਾ ਕਿ ਜੇਕਰ ਥੋੜਾ ਸਮਾਂ ਹੋਰ ਉੱਥੇ ਰਹਿ ਜਾਂਦਾ ਇਹ ਨੌਜਵਾਨ ਤਾਂ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ। ਜੀ ਹਾਂ, ਦੱਸ ਦਈਏ ਕਿ ਦੱਸਿਆ ਜਾ ਰਿਹਾ ਕਿ ਇਸ ਨੌਜਵਾਨ ਨੂੰ ਇੱਕ ਅਣਪਛਾਤੇ ਵਾਹਨ ਦੇ ਵੱਲੋਂ ਪਿੱਛੋਂ ਟੱਕਰ ਮਾਰੀ ਗਈ, ਜਿਸ ਤੋਂ ਬਾਅਦ ਇਹ ਨੌਜਵਾਨ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੜਕ ਦੇ ਕਿਨਾਰੇ 'ਤੇ ਪਿਆ ਤੜਫ ਰਿਹਾ ਸੀ। ਕੁਝ ਲੋਕ ਇਸ ਦੇ ਆਲੇ ਦੁਆਲੇ ਖੜ੍ਹੇ ਸੀ, ਪਤਾ ਲਗਾ ਰਹੇ ਸੀ ਕਿ ਆਖਰ ਇਹ ਨੌਜਵਾਨ ਹੈ ਕੌਣ, ਕਿਉਂਕਿ ਇਹ ਪੈਦਲ ਦੱਸਿਆ ਜਾ ਰਿਹਾ ਅਤੇ ਅਣਪਛਾਤੇ ਵਾਹਨ ਨੇ ਇਸ ਨੂੰ ਟੱਕਰ ਮਾਰੀ ਸੀ। ਇੰਨੇ ਦੇ ਵਿੱਚ ਵਿਧਾਇਕ ਦਾ ਕਾਫਲਾ ਇੱਥੋਂ ਨਿਕਲ ਰਿਹਾ ਹੁੰਦਾ ਅਤੇ ਵਿਧਾਇਕ ਖੁਦ ਗੱਡੀ ਦੇ ਵਿੱਚੋਂ ਉੱਤਰ ਕੇ ਆਉਂਦੇ ਨੇ, ਨੌਜਵਾਨ ਨੂੰ ਚੁੱਕ ਕੇ ਆਪਣੀ ਪਾਇਲਟ ਜਿਪਸੀ ਦੇ ਵਿੱਚ ਬਿਠਾਉਂਦੇ ਨੇ ਅਤੇ ਫਿਰ ਉਸ ਤੋਂ ਬਾਅਦ ਡਾਕਟਰਾਂ ਨੂੰ ਫੋਨ ਕੀਤਾ ਜਾਂਦਾ ਹੈ ਵਿਧਾਇਕ ਦੇ ਵੱਲੋਂ ਕਿ ਜਲਦ ਤੋਂ ਜਲਦ ਇਸ ਨੌਜਵਾਨ ਦਾ ਇਲਾਜ ਸ਼ੁਰੂ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ, ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਉੱਥੇ ਹੀ ਹੁਣ ਇਹ ਵੀਡੀਓ ਵੀ ਇੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਵਿਧਾਇਕ ਖੁਦ ਉਸ ਨੌਜਵਾਨ ਨੂੰ ਚੁੱਕ ਕੇ ਗੱਡੀ ਦੇ ਵਿੱਚ ਬਿਠਾਉਂਦੇ ਨਜ਼ਰ ਆ ਰਹੇ ਨੇ। ਅਸੀਂ ਤਾਂ ਜਾ ਰਹੇ ਸੀਗੇ ਫਾਜ਼ਿਲਕਾ ਤੋਂ ਮੰਡੀ ਲਾਧੂ ਕਾ, ਔਰ ਰਸਤੇ ਦੇ ਵਿੱਚ ਲੋਕ ਇਕੱਠੇ ਹੋਏ ਸੀ ਤਾਂ ਦੇਖਿਆ ਇੱਕ ਨੌਜਵਾਨ ਜਿਹੜਾ ਸੜਕ 'ਤੇ ਡਿੱਗਿਆ ਪਿਆ ਸੀ, ਸੱਟਾਂ ਲੱਗੀਆਂ ਸੀ ਔਰ ਲੋਕ ਇਕੱਠੇ ਹੋਏ ਸੀ ਤਾਂ ਨਾਲ ਦੀ ਨਾਲ ਹੀ ਮੈਂ ਉੱਥੇ ਗੱਡੀ 'ਤੇ ਉਤਰ ਕੇ ਦੇਖਿਆ ਤਾਂ ਸਾਰੇ ਲੋਕਾਂ ਦੀ ਮਦਦ ਦੇ ਨਾਲ ਆਪਣੀ ਜਿਹੜੀ ਗੱਡੀ ਹੈ ਸਿਕਿਉਰਿਟੀ ਦੀ ਜਿਹੜੀ ਸਾਡੀ ਗੱਡੀ ਹੈ ਉਹਦੇ ਵਿੱਚ ਜਿਹੜਾ ਉਹਨੂੰ ਪਾ ਕੇ ਹੋਸਪਿਟਲ ਭੇਜਿਆ ਔਰ ਉਹ ਗੱਡੀ ਜਿਹੜੀ ਹੋਸਪਿਟਲ ਉਹਨੂੰ ਲੈ ਕੇ ਗਈ ਹੈ ਅਤੇ ਉੱਥੇ ਉਹਨਾਂ ਦਾ ਜਿਹੜਾ ਇਲਾਜ ਕਰਵਾਵਾਂਗੇ ਔਰ ਜਿਹੜਾ ਡਾਕਟਰਸ ਨੂੰ ਵੀ ਮੈਂ ਫੋਨ ਕਰਤਾ ਹੈ ਕਿ ਜਿਹੜਾ ਵੀ ਕੋਈ ਉੱਥੇ ਡਾਕਟਰ ਮੌਜੂਦ ਹੈ ਐਮਰਜੈਂਸੀ ਦੇ ਵਿੱਚ ਉਹਦਾ ਜਿਹੜਾ ਪ੍ਰੋਪਰ ਜਿਹੜਾ ਟ੍ਰੀਟਮੈਂਟ ਸ਼ੁਰੂ ਕੀਤਾ ਜਾਵੇ। ਪਤਾ ਨਹੀਂ ਜੀ, ਇਹ ਸਾਰੇ ਕੋਲ ਖੜ੍ਹੇ ਸੀਗੇ, ਕਹਿੰਦੇ ਡਿੱਗਿਆ ਪਿਆ ਸੀਗਾ, ਲੋਕਾਂ ਨੇ ਜਦੋਂ ਦੇਖਿਆ ਤਾਂ ਕਿਹੜੇ ਪਿੰਡ ਦਾ ਬੈਕ ਖਾਸ ਦਾ ਕੋਈ ਦੱਸ ਰਹੇ ਨੇ ਜਿਹੜਾ ਨੌਜਵਾਨ ਸ਼ਖਸ ਹੈ। ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਵੱਲੋਂ ਇਨਸਾਨੀਅਤ ਦੀ ਇੱਕ ਮਿਸਾਲ ਪੇਸ਼ ਕੀਤੀ ਗਈ ਹੈ। ਜੀ ਹਾਂ, ਦੱਸ ਦਈਏ ਕਿ ਜਦੋਂ ਵਿਧਾਇਕ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹਾਲਤ ਦੇ ਵਿੱਚ ਪਿਆ ਸੜਕ ਦੇ ਕਿਨਾਰੇ 'ਤੇ ਤੜਫ ਰਿਹਾ ਸੀ। ਜਦੋਂ ਵਿਧਾਇਕ ਦੀ ਇਸ 'ਤੇ ਨਜ਼ਰ ਪੈਂਦੀ ਹੈ ਤਾਂ ਮੌਕੇ ਦੇ ਉੱਤੇ ਹੀ ਉਹ ਆਪਣੀ ਗੱਡੀਆਂ ਨੂੰ ਰੁਕਵਾਉਂਦੇ ਨੇ ਅਤੇ ਜੋ ਪਾਇਲਟ ਜਿਪਸੀ ਆ ਉਸ ਦੇ ਵਿੱਚ ਬਿਠਾ ਕੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ, ਜਿੱਥੇ ਹੁਣ ਡਾਕਟਰਾਂ ਦੇ ਵੱਲੋਂ ਉਸ ਨੌਜਵਾਨ ਦਾ ਇਲਾਜ ਕੀਤਾ ਜਾ ਰਿਹਾ। ਡਾਕਟਰਾਂ ਦਾ ਕਹਿਣਾ ਕਿ ਜੇਕਰ ਥੋੜਾ ਸਮਾਂ ਹੋਰ ਉੱਥੇ ਰਹਿ ਜਾਂਦਾ ਇਹ ਨੌਜਵਾਨ ਤਾਂ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ। ਜੀ ਹਾਂ, ਦੱਸ ਦਈਏ ਕਿ
ਦੱਸਿਆ ਜਾ ਰਿਹਾ ਕਿ ਇਸ ਨੌਜਵਾਨ ਨੂੰ ਇੱਕ ਅਣਪਛਾਤੇ ਵਾਹਨ ਦੇ ਵੱਲੋਂ ਪਿੱਛੋਂ ਟੱਕਰ ਮਾਰੀ ਗਈ, ਜਿਸ ਤੋਂ ਬਾਅਦ ਇਹ ਨੌਜਵਾਨ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੜਕ ਦੇ ਕਿਨਾਰੇ ਤੇ ਪਿਆ ਤੜਫ ਰਿਹਾ ਸੀ। ਕੁਝ ਲੋਕ ਇਸ ਦੇ ਆਲੇ ਦੁਆਲੇ ਖੜੇ ਸੀ, ਪਤਾ ਲਗਾ ਰਹੇ ਸੀ ਕਿ ਆਖਿਰ ਇਹ ਨੌਜਵਾਨ ਹੈ ਕੌਣ, ਕਿਉਂਕਿ ਇਹ ਪੈਦਲ ਦੱਸਿਆ ਜਾ ਰਿਹਾ ਤੇ ਅਣਪਛਾਤੇ ਵਾਹਨ ਨੇ ਇਸ ਨੂੰ ਟੱਕਰ ਮਾਰੀ ਸੀ। ਇੰਨੇ ਦੇ ਵਿੱਚ ਵਿਧਾਇਕ ਦਾ ਕਾਫਲਾ ਇੱਥੋਂ ਨਿਕਲ ਰਿਹਾ ਹੁੰਦਾ ਤੇ ਵਿਧਾਇਕ ਖੁਦ ਗੱਡੀ ਦੇ ਵਿੱਚੋਂ ਉੱਤਰ ਕੇ ਆਉਂਦੇ ਨੇ, ਨੌਜਵਾਨ ਨੂੰ ਚੁੱਕ ਕੇ ਆਪਣੀ ਪਾਇਲਟ ਜਿਪਸੀ ਦੇ ਵਿੱਚ ਬਿਠਾਉਂਦੇ ਨੇ ਤੇ ਫਿਰ ਉਸ ਤੋਂ ਬਾਅਦ ਡਾਕਟਰਾਂ ਨੂੰ ਫੋਨ ਕੀਤਾ ਜਾਂਦਾ ਹੈ ਵਿਧਾਇਕ ਦੇ ਵੱਲੋਂ ਕਿ ਜਲਦ ਤੋਂ ਜਲਦ ਇਸ ਨੌਜਵਾਨ ਦਾ ਇਲਾਜ ਸ਼ੁਰੂ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤੇ ਉੱਥੇ ਹੁਣ ਇਹ ਵੀਡੀਓ ਵੀ ਇੱਕ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਵਿਧਾਇਕ ਖੁਦ ਉਸ ਨੌਜਵਾਨ ਨੂੰ ਚੁੱਕ ਕੇ ਗੱਡੀ ਦੇ ਵਿੱਚ ਬਿਠਾਉਂਦੇ ਨਜ਼ਰ ਆ ਰਹੇ ਨੇ। ਅਸੀਂ ਤਾਂ ਜਾ ਰਹੇ ਸੀਗੇ ਫਾਜ਼ਿਲਕਾ ਤੋਂ ਮੰਡੀ ਲਾਧੂ ਕਾ, ਔਰ ਰਸਤੇ ਦੇ ਵਿੱਚ ਲੋਕ ਇਕੱਠੇ ਹੋਏ ਸੀ ਤਾਂ ਦੇਖਿਆ ਇੱਕ ਨੌਜਵਾਨ ਜਿਹੜਾ ਸੜਕ ਤੇ ਡਿੱਗਿਆ ਪਿਆ ਸੀ, ਸੱਟਾਂ ਲੱਗੀਆਂ ਸੀ ਔਰ ਲੋਕ ਇਕੱਠੇ ਹੋਏ ਸੀ ਤਾਂ ਨਾਲ ਦੀ ਨਾਲ ਹੀ ਮੈਂ ਉੱਥੇ ਗੱਡੀ ਤੋਂ ਉਤਰ ਕੇ ਦੇਖਿਆ ਤਾਂ ਸਾਰੇ ਲੋਕਾਂ ਦੀ ਮਦਦ ਦੇ ਨਾਲ ਆਪਣੀ ਜਿਹੜੀ ਗੱਡੀ ਹੈ ਸਿਕਿਉਰਿਟੀ ਦੀ ਜਿਹੜੀ ਸਾਡੀ ਗੱਡੀ ਹੈ ਉਹਦੇ ਵਿੱਚ ਜਿਹੜਾ ਉਹਨੂੰ ਪਾ ਕੇ ਹੋਸਪਿਟਲ ਭੇਜਿਆ ਔਰ ਉਹ ਗੱਡੀ ਜਿਹੜੀ ਹੋਸਪਿਟਲ ਉਹਨੂੰ ਲੈ ਕੇ ਗਈ ਹੈ ਅਤੇ ਉੱਥੇ ਉਹਨਾਂ ਦਾ ਜਿਹੜਾ ਇਲਾਜ ਕਰਵਾਵਾਂਗੇ ਔਰ ਜਿਹੜਾ ਡਾਕਟਰਸ ਨੂੰ ਵੀ ਮੈਂ ਫੋਨ ਕਰਤਾ ਹੈ ਕਿ ਜਿਹੜਾ ਵੀ ਕੋਈ ਉੱਥੇ ਡਾਕਟਰ ਮੌਜੂਦ ਹੈ ਐਮਰਜੈਂਸੀ ਦੇ ਵਿੱਚ ਉਹਦਾ ਜਿਹੜਾ ਪ੍ਰੋਪਰ ਜਿਹੜਾ ਟ੍ਰੀਟਮੈਂਟ ਸ਼ੁਰੂ ਕੀਤਾ ਜਾਵੇ। ਪਤਾ ਨਹੀਂ ਜੀ ਇਹ ਸਾਰੇ ਕੋਲ ਖੜ੍ਹੇ ਸੀਗੇ, ਕਹਿੰਦੇ ਡਿੱਗਿਆ ਪਿਆ ਸੀਗਾ, ਲੋਕਾਂ ਨੇ ਜਦੋਂ ਦੇਖਿਆ ਤਾਂ ਕਿਹੜੀ ਪਿੰਡ ਦਾ ਬੈਕ ਖਾਸ ਦਾ ਕੋਈ ਦੱਸ ਰਹੇ ਨੇ ਜਿਹੜਾ ਨੌਜਵਾਨ ਸ਼ਖਸ ਹੈ।